ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਜਗ੍ਹਾ ਖੜਦੇ ਨੂੰ ਘੱਟੋ ਘੱਟ 20 ਸਾਲ ਹੋ ਗਏ 20 ਸਾਲ ਹੋ ਗਏ ਭਾਜੀ ਤੁਸੀਂ 20 ਸਾਲ ਤੋਂ ਤੁਸੀਂ ਇੱਥੇ ਖੜਦੇ ਹੋ ਤੁਹਾਡੇ ਇੱਕ ਨਾਮ ਬਣ ਚੁੱਕਿਆ ਕਾਫੀ ਲੰਬੀਆਂ ਲਾਈਨਾਂ ਵੀ ਤੁਹਾਡੇ ਕੋਲ ਲੱਗਦੀਆਂ ਰਸ਼ ਬਹੁਤ ਹੁੰਦਾ ਇਹੋ ਜਿਹਾ ਖਾਸ ਕੀ ਪੋਨੋ ਟਿੱਕੀਆਂ ਦੇ ਵਿੱਚ ਟੇਸਟ ਹੈਗਾ ਹੋਰ ਕੀ ਚਾਹੀਦਾ ਪਿਆਰ ਹੈਗਾ ਟੇਸਟ ਹੈਗਾ ਹੋਰ ਤੇ ਭਾਜੀ ਪਲੇਟ ਹੋ ਚੁੱਕੀ ਹੈ ਰੈਡੀ ਹਾਂਜੀ ਪਲੇਟ ਰੈਡੀ ਹੋ ਚੁੱਕੀ ਹੈ ਤੇ ਭਾਜੀ ਕਿੰਨੀ ਕੀਮਤ ਕਿੰਨੀ ਹੈ ਪਲੇਟ ਦੀ ਪੂਰੀ ਇਹਦੇ 40 ਰੁਪਏ ਪਲੇਟ 40 ਰੁਪਏ ਆਮ ਲੁਧਿਆਣੇ ਦੇ ਵਿੱਚ 70 80 ਰੁਪਏ ਟਿੱਕੇ ਦੇ ਤੁਸੀਂ ਸਿਰਫ 40 ਰੁਪਏ ਦੇ ਦੇ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਟੇਸਟ ਦੀ ਦੁਨੀਆ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਲੁਧਿਆਣਾ ਦੇ ਵਿੱਚ ਰਾਮ ਬਾਈ ਦੇ ਕੋਲੇ ਰਾਮ ਬਾਈ ਕਾਫੀ ਜ਼ਿਆਦਾ ਫੇਮਸ ਨੇ ਇਹਨਾਂ ਦੀਆਂ ਟਿੱਕੀਆਂ ਦੀ ਗੱਲ ਕਰ ਲਗੇ ਇਹਨਾਂ ਦੀ ਬੰਨ ਵਾਲੇ ਟਿੱਕੀਆਂ ਦੀ ਗੱਲ ਕਰ ਲਗੇ ਇਹਨਾਂ ਦੀ ਗੋਲ ਗੱਪਿਆਂ ਦੀ ਗੱਲ ਕਰ ਲਗੇ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਇੱਥੇ ਖੜੇ ਨੇ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਾਈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਜਗ੍ਹਾ ਖੜਦੇ ਆ ਘੱਟੋ ਘੱਟ 20 ਸਾਲ ਹੋ ਗਏ 20 ਸਾਲ ਹੋ ਗਏ ਤੇ ਭਾਜੀ ਤੁਹਾਡੇ ਕਹਿੰਦੇ ਟਿੱਕੀਆਂ ਬੜੀਆਂ ਮਸ਼ਹੂਰ ਨੇ ਗੋਲ ਗੱਪੇ ਵੀ ਤੁਹਾਡੇ ਬੜੇ ਮਸ਼ਹੂਰ ਨੇ ਟਿੱਕੀ ਤਾਂ ਖਾਲੀ ਸੀਜ਼ਨ ਵਾਲ ਲਾਈਦਾ ਸਰਦੀ ਸਰਦੀ ਬਸ पानी वाले है पानी डबल दो ही है नहीं डबल पानी वाले है सिंगल भी है नींबू वाले भी है मिठा पानी वाले भी है दही वाले भी है ਭਾਜੀ ਤੁਸੀਂ 20 ਸਾਲ ਤੋਂ ਤੁਸੀਂ ਇੱਥੇ ਖੜਦੇ ਹੋ ਤੁਹਾਡੇ ਇੱਕ ਨਾਮ ਬਣ ਚੁੱਕਿਆ ਕਾਫੀ ਲੰਬੀਆਂ ਲਾਈਨਾਂ ਵੀ ਤੁਹਾਡੇ ਕੋਲ ਲੱਗਦੀਆਂ ਰਸ਼ ਬਹੁਤ ਹੁੰਦਾ ਇਹੋ ਜਿਹਾ ਖਾਸ ਕੀ ਪੋਨੋ ਟਿੱਕੀਆਂ ਦੇ ਵਿੱਚ ਟੇਸਟ ਹੈਗਾ ਹੋਰ ਕੀ ਚਾਹੀਦਾ ਪਿਆਰ ਹੈਗਾ ਟੇਸਟ ਹੈਗਾ ਹੋਰ ਇਹ ਟੇਸਟ ਹੈਗਾ ਅੱਛਾ ਭਾਜੀ ਇਹ ਇਹ ਟੇਸਟ ਕਿੰਨੇ 20 ਸਾਲਾਂ ਤੋਂ ਉਹੀ ਟੇਸਟ ਬਰਕਰਾਰ ਹੈ ਕੋਈ ਟੇਸਟ ਹੈਗਾ ਪੁੱਛ ਲਓ ਬਾਕੀ ਆ ਕਸਟਮਰ ਖੜੇ ਆ ਤੇ ਭਾਜੀ ਜੇ ਸ਼ੁਰੂਆਤ ਦੀ ਗੱਲ ਕਰਕੇ ਸ਼ੁਰੂਆਤ ਤੁਹਾਡੇ ਵੱਲੋਂ ਹੀ ਕੀਤੀ ਗਈ ਸੀ ਕਿ ਕਿਸੇ ਤੋਂ ਮਤਲਬ ਹੋਰ ਕਿਸੇ ਨੇ ਕੀਤੀ ਸੀ ਨਹੀਂ ਨਹੀਂ ਆਪਣੇ ਵੱਲੋਂ ਹੀ ਕੀਤੀ ਗਈ ਸੀ ਅੱਛਾ ਤੁਸੀਂ ਹੀ ਸ਼ੁਰੂਆਤ ਕੀਤੀ ਸੀ ਹਾਂ ਸ਼ੁਰੂਆਤ ਅਸੀਂ ਕੀਤੀ ਸੀ ਅੱਛਾ ਇਹ ਹੈ ਜੀ ਗੋਲ ਗੱਪੇ ਵਾਲਾ ਪਾਣੀ ਤੁਸੀਂ ਦੇ ਸਕਦੇ ਹੋ ਵਿੱਚ ਆ ਗਈ ਭਾਜੀ ਬੂੰਦੀ ਆ ਬੂੰਦੀ ਆ ਲੋ ਜੀ ਬੂੰਦੀ ਹੋ ਗਈ ਵਿੱਚ ਐਡ ਤੇ ਭਾਜੀ ਬਣਾਉਂਦੇ ਨੇ ਸੁੱਕੇ ਵਾਲੇ ਗੋਲ ਗੱਪੇ ਨਾਲ ਇਹਨਾਂ ਦੀ ਮਸ਼ਹੂਰ ਹੈ ਟਿੱਕੀ ਤੇ ਭਾਜੀ ਮੈਂ ਕਹੂੰਗਾ ਵੀ ਟਿੱਕੀ ਦੀ ਇੱਕ ਪਲੇਟ ਲਾ ਕੇ ਦਿਖਾ ਦਿਓ ਕਿਸ ਤਰ੍ਹਾਂ ਪੂਰੀ ਹੁੰਦੀ ਹੈ ਟਿੱਕੀ ਦੀ ਪਲੇਟ ਕਿਸ ਤਰ੍ਹਾਂ ਲੱਗਦੀ ਹੈ ਲਾ ਦੇ ਤੋ ਭਾਜੀ ਪੱਕਾ ਪੱਕਾ ਨਾ ਤੁਹਾਡਾ ਰਾਮ ਰਾਮ ਹੀ ਹੈਗਾ ਜੀ यहाँ नाम रसूल राम राम ही है वैसे नाम है संत सरन पांडे अच्छा सारे राम दे नाम तो जानते हो तो राम नाम दे राम टिक्कियां वाला कहंदे ने कि राम गोल गप्पियां वाला जो मर्जी कह ले सब हां जी हां जी अच्छा तो पाजी हुन टिक्कियां दी प्लेट जेड़ी लगन जा रही है तू दे सकदे हो भाई दसी चलो नाल नाल की ऐड कर रहे हो टिक्की है चने है चने ते मीठी चटनी है मीठी चटनी दही दही है ਉਹ ਨਾਲ ਐਡ ਹੋ ਗਈ ਜੀ ਦਹੀਂ ਤੇ ਹਰੀ ਚਟਨੀ ਹਰੀ ਚਟਨੀ ਸਲਾਦ ਉਸ ਬਾਅਦ ਚਾਹ ਇਹ ਆ ਗਈ ਜੀ ਸਲਾਦ ਪਿਆਜ਼ ਮੂਲੀ ਜੀ ਆ ਗਈ ਪਿਆਜ਼ ਤੇ ਭਾਜੀ ਪਲੇਟ ਹੋ ਚੁੱਕੀ ਹੈ ਰੈਡੀ ਹਾਂਜੀ ਪਲੇਟ ਰੈਡੀ ਹੋ ਚੁੱਕੀ ਹੈ ਤੇ ਭਾਜੀ ਕਿੰਨੀ ਕੀਮਤ ਕਿੰਨੀ ਹੈ ਪਲੇਟ ਦੀ ਪੂਰੀ ਇਹਦੇ 40 ਰੁਪਏ ਪਲੇਟ 40 ਰੁਪਏ ਆਮ ਲੁਧਿਆਣੇ ਦੇ ਵਿੱਚ 70 80 ਰੁਪਏ ਟਿੱਕੇ ਦੇ ਤੁਸੀਂ ਸਿਰਫ 40 ਰੁਪਏ ਦੀ ਦੇ ਰਹੇ ਹੋ ਅਸੀਂ ਸੀਜ਼ਨ ਵਾਲ ਖਾਲੀ ਵੇਚਣਾ 3 ਮਹੀਨਾ ਵਾਣੀ ਹੋਣ 3 ਮਹੀਨਾ ਲਗਾਣਾ ਉਸ ਤੋਂ ਬਾਅਦ ਤੇ ਭਾਜੀ ਕਿੰਨੇ ਵਜੇ ਸ਼ੁਰੂ ਹੋ ਜਾਂਦੀਆਂ ਸਾਰੀਆਂ ਚੀਜ਼ਾਂ ਬਣਾਉਣੀਆਂ ਜਿਵੇਂ ਗੋਲ ਗੱਪੇ ਹੋ ਗਏ ਟਿੱਕੇ ਹੋ ਗਏ 3 ਵਜੇ ਹਾਂਜੀ 3 ਵਜੇ ਆਈਦਾ ਅਸੀਂ ਅੱਛਾ ਇੱਥੇ ਤੁਸੀਂ 3 ਵਜੇ ਆਉਣੇ ਹੋ ਤਿਆਰੀਆਂ ਕਿੰਨੇ ਵਜੇ ਸ਼ੁਰੂ ਕਰ ਦਿੰਦੇ ਹੋ ਤਿਆਰੀਆਂ ਤਾਂ ਸਵੇਰੇ ਸ਼ੁਰੂ ਹੋ ਜਾਂਦੀਆਂ ਕਿੰਨੇ ਵਜੇ ਤੋਂ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ ਅੱਛਾ 8 ਵਜੇ ਮਤਲਬ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤੇ ਇੱਥੇ ਤੁਸੀਂ ਆ ਕੇ 3 ਵਜੇ ਖੜਦੇ ਹੋ ਲਾ ਦੋ ਤੇ ਭਾਜੀ ਥੋੜੇ ਜਿਹਾ ਬਿਜੀ ਵੀ ਨਾਲ ਨਾਲ ਚੱਲ ਰਹੇ ਆ ਨਾਲ ਨਾਲ ਕੰਮ ਵੀ ਕਰ ਰਹੇ ਆ ਤੇ ਨਾਲ ਨਾਲ ਦੱਸ ਵੀ ਰਹੇ ਆ ਤੇ ਭਾਜੀ ਕਿਹੜੀ ਲੋਕੇਸ਼ਨ ਕੀ ਹੈ ਤੁਹਾਡੇ ਪ੍ਰੋਪਰ ਇਹ ਖੁਸ਼ੀ ਰਾਮ ਸਾਥ ਵਾਲੀ ਗਲੀ ਹੈ ਸਖੀ ਮੰਦਿਰ ਨਾਲ ਸਖੀ ਮੰਦਿਰ ਦੇ ਬਾਹਰ ਬਿਲਕੁਲ ਤੁਸੀਂ ਹੁੰਨੇ ਹੋ ਤੇ ਭਾਜੀ ਕਿੰਨੇ ਵਜੇ ਤੱਕ ਤੁਸੀਂ ਹੁੰਨੇ ਹੋ ਅਸੀਂ ਹੋਈਦਾ 9:30-10 ਵਜੇ 9:30-10 ਵਜੇ ਤੱਕ ਜੇ ਤੁਸੀਂ ਵੀ ਬਾਈ ਰਾਮ ਦੇ ਟਿੱਕੀਆਂ ਤੇ ਗੋਲਗੱਪੇ ਟਰਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਜਿਹੜਾ ਗੁੜ ਮੰਡੀ ਦੇ ਨਜ਼ਦੀਕ ਸਖੀ ਮੰਦਿਰ ਦੇ ਕੋਲ ਆਉਣਾ ਪਊਗਾ ਇੱਥੇ 3 ਵਜੇ ਤੋਂ ਲੈ ਕੇ ਸ਼ਾਮ ਦੇ ਰਾਤ ਦੇ 9:30-9:10 ਵਜੇ ਤੱਕ ਇੱਥੇ ਭਾਜੀ ਹੁੰਦੇ ਨੇ ਤੇ ਇੱਥੇ ਆ ਕੇ ਤੁਸੀਂ ਵੀ ਇਹਨਾਂ ਦਾ ਟੇਸਟ ਆ ਟਰਾਈ ਕਰ ਸਕਦੇ ਹੋ ਭਾਜੀ ਨੂੰ 20 ਸਾਲ ਹੋ ਚੁੱਕੇ ਨੇ ਪੂਰੇ 20 ਸਾਲ ਇਸੇ ਜਗ੍ਹਾ ਤੇ ਖੜਦੇ ਨੇ ਤੇ ਇੱਕ ਜਿਹੜਾ ਆਪਾਂ ਕਹਿ ਦਈਏ ਹੁਣ ਜਾ ਕੇ ਕਿਤੇ ਨਾ ਕਿਤੇ ਇੱਕ ਦਿਨ ਮਿਹਨਤ ਰੰਗ ਲੈ ਕੇ ਆਈਏ ਕਿ ਇਹਨਾਂ ਦਾ ਨਾਮ ਜਿਹੜਾ ਹੁਣ ਬਣ ਚੁੱਕਿਆ ਪੂਰਾ ਤੇ ਆਪਾਂ ਕਹਿ ਦਈਏ ਸਵਾਦ ਦੀ ਲਾਜਵਾਬ ਸਵਾਦ ਹੈ ਤੇ ਲੋਕੀ ਤੁਸੀਂ ਦੇ ਸਕਦੇ ਹੋ ਕਿੰਨੀ ਜ਼ਿਆਦਾ ਭੀੜ ਇਹਨਾਂ ਦੀ ਦੁਕਾਨ ਤੇ ਲੱਗੀ ਹੁੰਦੀ ਹੈ ਲਓ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਖੁਸ਼ ਰਹੋ ਆਬਾਦ ਰਹੋ।